ਸਤਿ ਸ਼੍ਰੀ ਅਕਾਲ ਮਿੱਤਰੋ, ਵੈਲਕਮ ਬੈਕ ਟੂ ਦਾ ਚੈਨਲ। ਸਵਾਗਤ ਹੈ ਤੁਹਾਡਾ ਮਾਝਾ ਬਲੌਗ ਵਲੌਗਸ 'ਤੇ। ਅੱਜ ਆਪਾਂ ਆਪਣਾ ਮੋਸਟ ਡਿਮਾਂਡਿੰਗ ਅਤੇ ਮੋਸਟ ਜਿਹੜਾ ਤੁਸੀਂ ਕਮੈਂਟ ਕੀਤੇ ਉਹ ਵਲੌਗ ਬਣਾਉਣ ਲੱਗੇ ਹਾਂ। ਵਾਹ ਜੀ ਵਾਹ, ਵਲੌਗ ਸਟਾਰਟ ਹੁੰਦਾ ਪਹਿਲਾਂ ਸੇਵਾ ਚੋਬਣਵੀਰ ਜੀ। ਹਾਂਜੀ ਹਾਂਜੀ, ਅਤੇ ਬਹੁਤ ਵੀਰਾਂ ਦੇ ਕਮੈਂਟ ਆਏ ਵੀ ਆਪਣੀ ਕਰੂਜ਼ ਦਾ ਪੂਰਾ ਡਿਟੇਲ ਰਿਵਿਊ ਦਿਓ ਸਾਨੂੰ, ਪੂਰੀ ਮੋਡੀਫਿਕੇਸ਼ਨ ਦਾ ਵੀ ਕਿਹੜੀ ਕਿਹੜੀ ਚੀਜ਼ ਕਿੱਦਾਂ ਇਹਦਾ ਵਿਦ ਪ੍ਰਾਈਜ਼। ਅੱਜ ਆਪਾਂ ਸਾਰੀ ਮੋਡੀਫਿਕੇਸ਼ਨ ਤਾਂ ਡਿਟੇਲ ਤਾਂ ਨਾਲ ਸ਼ੇਅਰ ਕਰਾਂਗੇ ਅਤੇ ਸਾਰੀਆਂ ਚੀਜ਼ਾਂ ਦੱਸਾਂਗੇ ਕਿਹੜੀ ਕਿਹੜੀ ਚੀਜ਼ ਕਿੰਨੇ ਕਿੰਨੇ ਪ੍ਰਾਈਜ਼ ਦੀ ਹੈਗੀ ਆ। ਅਤੇ ਕਰਦੇ ਹਾਂ ਵਲੌਗ ਨੂੰ ਸਟਾਰਟ ਜਲਦੀ। ਗੱਡੀ ਆਪਾਂ ਬਿਲਕੁਲ ਐਨ ਟਿਕਾਣੇ 'ਤੇ ਡੱਕੀ ਆ, ਜੋਬਣਵੀਰ ਦੀ ਪਾਰਕ ਦੇ ਵਿੱਚ, ਅਤੇ ਗਰਮੀ ਬੜੀ ਹੈ ਪਰ ਕੋਕ ਪੀ ਗਏ ਅਤੇ ਕਰਦੇ ਹਾਂ ਰਿਵਿਊ ਆਪਾਂ ਸਟਾਰਟ। ਆਓ ਫਿਰ ਕਰੋ ਇੰਜੋਏ ਅੱਜ ਦਾ ਵਲੌਗ, ਅੱਜ ਦਾ ਪੂਰਾ ਰਿਵਿਊ ਵਾਲਾ ਵਲੌਗ ਮੋਡੀਫਿਕੇਸ਼ਨ ਦਾ। ਅਤੇ ਨਾਲੇ ਕਮੈਂਟ ਕਰਕੇ ਦੱਸਿਓ ਵੀ ਆਪਣੀ ਗੱਡੀ ਦੇ ਲੁੱਕ ਤੁਹਾਨੂੰ ਕਿਵੇਂ ਦੀ ਲੱਗੀ ਆ ਸਾਰੀ ਮੋਡੀਫਿਕੇਸ਼ਨ ਨਾਲ। ਅਤੇ ਸ਼ੁਰੂਆਤ ਆਪਾਂ ਕਰਦੇ ਹਾਂ ਫਰੰਟ ਤੋਂ। ਪਹਿਲਾਂ ਤਾਂ ਆਹ ਲਾ ਯਾਰ ਜੋਮਣ, ਆਹ ਖੋਲ, ਆਹ ਇੱਕ ਚੀਜ਼ ਆਈਡੀ ਨਾਲ ਕਿਤੇ ਮਿਲਦੀ ਨਹੀਂ ਸੀ, ਇਹ ਬੂਟ ਮੋਤੋ ਮੰਗਾਈ ਆ। ਦੇਖੋ ਖੋਲ ਨੂੰ ਪਹਿਲਾਂ ਫਿੱਟ ਕਰਕੇ ਫਿਰ ਹੀ ਵਲੌਗ ਫਿਰ ਹੀ ਸ਼ੁਰੂ ਕਰਦੇ ਹਨ। ਫਿਰ ਸੁਣ, ਹੈਲੋ ਕਰਦੇ, ਹੈਲੋ ਹੈਲੋ ਕਰਦੇ ਵਲੌਗ 'ਚ, ਹੈਲੋ ਕਰਦੇ ਇੱਦਾਂ। ਹੋਰ ਤੈਨੂੰ ਕੀ ਪਿਆ ਦੀਏ, ਦੂਜੀ ਨੀ ਭਰਾ ਪੀਂਦੇ ਸੀ, ਆਏ ਹਾਏ। ਅਤੇ ਬੂਟ ਮੋਟੋ ਜਿਹੜਾ ਸਮਾਨ ਮੰਗਾਈਦਾ ਵਾ ਪੂਰਾ ਓਰਿਜਨਲ ਹੁੰਦਾ, ਸ਼ੈਵਲੇਟ ਦਾ, ਜੀ ਐੱਮ ਦਾ, ਕੋਈ ਚੀਜ਼ ਡੁਪਲੀਕੇਟ ਨਹੀਂ ਮਿਲਦੀ। ਬੂਟ ਮੋ ਬੈਸਟ ਸਾਈਟ ਫਿੱਟ ਇੱਥੇ ਮੁੱਕੀ ਮਾਰੀ ਹੋਰ ਦਿਵਸ ਉੱਤੇ ਚੱਲ ਲੌਕ ਹੋ ਗਏ ਫਿੱਟ ਵਿੱਚ। ਅਤੇ ਫਰੰਟ 'ਤੇ ਆਪਾਂ ਚੇਂਜ ਕਰਵਾਈਆਂ ਜੀ ਇਹਦੀਆਂ ਹੈੱਡਲਾਈਟਸ ਮੇਨ ਹੁੰਦੀਆਂ ਜਿਹੜੀਆਂ, ਪ੍ਰੋਜੈਕਟਰ ਹੈੱਡਲਾਈਟ ਪਵਾਈਆਂ। ਚਾਲੂ ਕਰ, ਇਹ ਡੀ ਆਰ ਐੱਲ ਜਗਦੇ ਇਹਦੇ, ਆਹ ਪ੍ਰੋਜੈਕਟਰ ਆ, ਅਤੇ ਆਹ ਹਾਈ ਬੀਮ, ਚੈੱਕ ਕਰੋ ਥਰੋ ਤੁਸੀਂ। ਪੁਰਾਣੀ ਹੈੱਡਲਾਈਟ ਆਪਾਂ ਕੱਢਦੀਆਂ ਵਾ, ਆਹ ਤੁਹਾਨੂੰ ਪਤਾ ਆਪਣਾ ਬੰਪਰ ਟੁੱਟ ਗਿਆ ਸੀ, ਆਹ ਗ੍ਰਿਲ ਵੀ ਟੁੱਟ ਗਈ ਸੀ, ਇਹ ਵੀ ਸਾਰੀ ਨਵੀਂ ਚੇਂਜ ਕਰਵਾਈ ਆ। ਅਤੇ ਕੁਛ ਇੱਦਾਂ ਦੀ ਲੁੱਕ ਆਉਂਦੀ ਆ ਫਰੰਟ ਤੋਂ ਵਿਦ ਪ੍ਰੋਜੈਕਟਰ, ਚੈੱਕ ਕਰੋ ਤੁਸੀਂ ਥਰੋ। ਇਹ ਲਾਈਟਾਂ ਆਪਾਂ ਨੂੰ ਪਈਆਂ ਵਾ, ਕਰਦੇ ਬੰਦ। ਇਹ ਲਾਈਟਾਂ ਦਾ ਪ੍ਰਾਈਜ਼ ਹੈਗਾ ਵਾ 26,000 ਦਾ, 26,000 ਦਾ ਸੈੱਟ ਆ ਲਾਈਟਾਂ ਦਾ, ਅਤੇ ਵਿਦਆਊਟ ਐੱਲ ਈ ਡੀ। ਇਹ 'ਚ ਆਪਾਂ ਪਵਾਇਆ 100-100 ਵਾਟ ਦੀ ਐੱਲ ਈ ਡੀ, ਜਿਹੜੀ ਕਿ ਆਪਾਂ ਨੂੰ ਕੋਸਟ ਪਈ ਆ ਉਹਦੀ 10,000 ਦੀਆਂ, 4 ਐੱਲ ਈ ਡੀਆਂ ਪਈਆਂ ਇਹਦੇ ਵਿੱਚ। ਟੋਟਲ 36,000 ਦੀਆਂ ਫਰੰਟ ਲਾਈਟਾਂ ਪਈਆਂ ਆਪਣੀਆਂ, ਦੋਨੋਂ ਸਾਈਡ ਦੀਆਂ ਪ੍ਰੋਜੈਕਟਰ ਵਾਲੀਆਂ, ਆਹ ਵਾਲੀਆਂ ਮੇਡ ਇਨ ਤਾਇਵਾਨ ਜਿਹੜੀਆਂ। ਅਤੇ ਬਾਕੀ ਫਰੰਟ 'ਤੇ ਉਹ ਆਡੀ ਵਾਲੀ ਗ੍ਰਿਲ ਦੀ ਕਈਆਂ ਨੇ ਮੈਨੂੰ ਕਿਹਾ ਉਹ ਲਵਾਉਣੀ ਆ, ਪਰ ਉਹ ਮੈਨੂੰ ਤਾਂ ਕੋਈ ਐਡੀ ਖਾਸ ਸੋਹਣੀ ਲੱਗੀ ਨਹੀਂ ਆ। ਬਾਕੀ ਤੁਸੀਂ ਕਮੈਂਟ ਕਰ ਦੱਸਿਓ ਵੀ ਉਹ ਚੀਜ਼ ਸੋਹਣੀ ਲੱਗਦੀ ਆ ਨਹੀਂ, ਤਾਂ ਜੇ ਉਹ ਚੀਜ਼ ਸੋਹਣੀ ਲੱਗਦੀ ਤੁਹਾਨੂੰ ਤਾਂ ਆਪਾਂ ਉਹ ਵੀ ਗ੍ਰਿਲ ਚੇਂਜ ਕਰਵਾ ਦਾਂਗੇ। ਫਿਲਹਾਲ ਤਾਂ ਮੈਨੂੰ ਗੱਡੀ 'ਤੇ ਹੁਣ ਵਾਰੀ ਆਉਂਦੀ ਹੈ ਜੀ ਲੋਏ ਵੀਲਸ ਦੀ। ਇਹ ਹੈਗੀ ਇਹਦੀ 20 ਇੰਚ ਦੇ ਲੋਏ ਵੀਲ, ਇਹਦੀ ਪ੍ਰੋਫਾਈਲ ਹੈਗੀ ਆ 235-35-35 ਅਤੇ ਆਰ 20 ਇੰਚ ਲੋਏ ਆ, ਨੀਓ ਦੇ ਲੋਏ ਆ, ਨੀਓ ਦੇ, ਨੀਓ ਕੰਪਨੀ ਦੇ। ਅਤੇ ਇਹ ਆਪਾਂ ਨੂੰ ਵੀਲਾਂ ਦੀ ਪੈ ਗਏ ਪੈਸੇ, ਇਹ ਹੈਗੇ ਸੀ 86,000 ਦਾ ਸੈੱਟ ਆ, 64 ਵੀਲਾਂ ਦਾ, 20 ਇੰਚ ਦਾ ਵਿਦ ਟਾਇਰ ਨਾਲ ਵੀਲ। ਅਤੇ ਪੁਰਾਣੇ ਆਪਣੇ 17 ਇੰਚੀ ਲੋਏ ਵੀਲ ਸੀ, ਉਹ ਕੱਟੇ ਗਏ ਵਿੱਚ 25,000 ਦੇ, ਅਤੇ ਇਹਦੇ ਨਾਲ ਆਪਾਂ ਨੂੰ 60,000 ਰੁਪਈਆ ਲੱਗਾ ਵਾ ਲੋਏ ਵੀਲਸ ਦਾ ਪੂਰਾ ਚੇਂਜ ਕਰਵਾਉਣ ਦਾ। ਅਤੇ ਇਹ ਜਿਹੜੇ ਜਿਹੜੇ ਵੀਰ ਪੁੱਛਦੇ ਵੀ ਕਿੰਨੇ ਕਿੰਨੇ ਪੈਸੇ ਲੱਗੇ ਲੋਏ ਵੀਲਾਂ 'ਤੇ, 60,000 ਰੁਪਇਆ ਲੱਗਾ ਜੀ 20 ਇੰਚ ਲੋਏ ਵੀਲ ਦਾ, 17 ਇੰਚੀ ਲੋਏ ਟਾਇਰ ਵਿੱਚ ਦੇ ਗਏ 60,000। ਹੁਣ ਮੈਂ ਸਾਰੇ ਚੀਜ਼ ਦਾ ਕੱਲ੍ਹ ਪ੍ਰਾਈਜ਼ ਦੱਸਦਾ ਵਾਂ। ਬਾਅਦ 'ਚ ਕਈ ਵੀਰ ਕਮੈਂਟ ਕਰ ਦਿੰਦੇ ਯਾਰ ਤੁਸੀਂ ਰੇਟ ਨਹੀਂ ਦੱਸਦੇ ਨਾਲ, ਤਾਂ ਹੀ ਅੱਜ ਇੱਕ ਵੱਖਰਾ ਵਲੌਗ ਪੂਰਾ ਸਾਰਾ ਮੋਡੀਫਿਕੇਸ਼ਨ ਦਾ ਪੂਰੀ ਡਿਟੇਲ ਦੇ ਨਾਲ ਹੀ ਵਿਦ ਪ੍ਰਾਈਜ਼। ਅਤੇ ਹੁਣ ਆਪਾਂ ਆਉਂਦੇ ਹਾਂ ਬੈਕ 'ਤੇ। ਬੈਕ ਲੁੱਕ ਤੁਸੀਂ ਵੇਖੀ ਆ ਪਹਿਲਾਂ ਵੀ, ਅਤੇ ਅੱਜ ਡਿਟੇਲ ਨਾਲ ਦਿਖਾ ਦਾਂ। ਬੈਕ ਲਾਈਟ ਆਪਾਂ ਦੋਨੋਂ ਟੇਲ ਲਾਈਟ ਚੇਂਜ ਕਰਵਾਈਆਂ, ਆਹ ਵਾਲੀਆਂ ਜਗਾ ਓਏ, ਆਹ ਦੇਖੋ ਇਹ ਬਿਲਕੁਲ ਨਿਊ ਡਿਜ਼ਾਈਨ ਆਇਆ ਆਹ ਟੇਲ ਲਾਈਟ 'ਚ, ਬਹੁਤ ਹੀ ਸੋਹਣੀਆਂ ਲੱਗਦੀਆਂ ਵਾ ਜਦੋਂ ਆਪਾਂ ਦੂਰੋਂ ਵੇਖਦੇ ਹਾਂ ਇੱਦਾਂ। ਅਤੇ ਇਹ ਆਪਾਂ ਨੂੰ ਸੈੱਟ ਪਿਆ ਸੀ ਲਾਈਟਾਂ ਦਾ, ਮੈਂ ਕਿਹਾ 13,500 ਦਾ ਪਿਆ ਸੀ, 500 ਚਲੋ ਲੈਸ ਕਰ ਲਈ, ਅਤੇ ਆਪਾਂ ਇਹਨੇ ਤੁਹਾਨੂੰ ਪਤਾ ਲੈਸ ਕਰੀਦੀ ਹੁੰਦੀ ਹੈ। 13,000 ਦਾ ਸੈੱਟ ਆ ਦੋਨਾਂ ਟੇਲ ਲਾਈਟਾਂ ਦਾ ਕਰੂਜ਼ ਦਾ। ਅਤੇ ਹੁਣ ਆ ਗਈ ਵਾਰੀ ਡਿਫਿਊਜ਼ਰ ਦੀ, ਨੀਚੇ ਆਪਾਂ ਲਵਾਇਆ ਵਾ ਡਿਫਿਊਜ਼ਰ, ਅਤੇ ਇਹਦੀ ਕੋਸਟ ਮੈਨੂੰ ਪਈ ਅਰਾਊਂਡ 4,500 ਰੁਪਈਆ, 4,500 ਰੁਪਏ ਦਾ ਡਿਫਿਊਜ਼ਰ ਲੱਗਾ ਵਾ ਵਾਲਾ। ਕਈ ਵੀਰਾਂ ਨੇ ਕਮੈਂਟ ਕੀਤਾ ਸੀ ਵੀ ਡਿਫਿਊਜ਼ਰ ਦਾ ਵੀ ਪ੍ਰਾਈਜ਼ ਦੱਸ ਦਿਓ, ਅਤੇ ਆਪਾਂ ਅੱਜ ਕਿਸੇ ਚੀਜ਼ ਦਾ ਵੀ ਪ੍ਰਾਈਜ਼ ਲੈਣ ਦੇਣਾ, ਇਕੱਲੀ ਇਕੱਲੀ ਚੀਜ਼ ਦਾ ਪ੍ਰਾਈਜ਼ ਦੱਸ ਦੇਣਾ ਵਾ। ਟੇਲ ਲਾਈਟ ਹੈਗੀਆਂ 13,000 ਦੇ, ਡਿਫਿਊਜ਼ਰ ਹੈਗਾ 45,000 ਦਾ, ਅਤੇ ਪਿੱਛੇ ਲਵਾਇਆ ਬਲੂ ਜ਼ੋਨ ਦਾ ਆਪਾਂ ਬੈਕ ਕੈਮਰਾ, ਜਿਹਦੀ ਕੋਸਟ ਹੈਗੀ ਆ 3,500 ਰੁਪਈਆ, 2,500 ਰੁਪਈਆ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਠੇਠ 'ਚ 2,500 ਰੁਪਈਆ। ਅਤੇ ਸਾਈਡ ਲੁੱਕ ਤੁਸੀਂ ਵੇਖ ਲਈ ਗੱਡੀ ਦੀ ਕਿਵੇਂ ਦੀ ਆ, ਇੱਕ ਵਾਰ ਫਿਰ ਦੇਖ ਲਓ, ਪੂਰੀ ਘੈਂਟ ਲੱਗਦੀ ਗੱਡੀ ਜਦੋਂ ਚੱਲਦੀ ਨਾ, ਤੁਹਾਨੂੰ ਵੀ ਇੱਕ ਦਿੰਦਾ ਮੈਂ ਕਲਿੱਪ ਪਾਉਂਦਾ ਜਦੋਂ ਚੱਲਦੀ ਕਿੱਡੀ ਘੈਂਟ ਲੱਗਦੀ ਆ। ਅਤੇ ਹੁਣ ਆਪਾਂ ਜਾਂਦੇ ਹਾਂ ਇੰਟੀਰੀਅਲ 'ਚ, ਆ ਜਾਓ।
ਤੇ ਇੰਟਰਨਲ ਚ ਇੱਕ ਮਿੰਟ ਗੱਡੀ ਬੰਦ ਕਰ ਤੇ ਤੁਹਾਨੂੰ ਪਤਾ ਆਪਣੀ ਪੂਰੀ ਗੱਡੀ ਡੈਂਪ ਹੋਈ ਆ ਤੇ ਡੈਂਪ ਦੇ ਨਾਲ ਜਿਹੜਾ ਕਹਿੰਦੇ ਨਾ ਡੈਂਪਿੰਗ ਦਾ ਕੀ ਫਾਇਦਾ ਹੈ ਆਹ ਫਾਇਦਾ ਜੀ ਦੇਖੋ ਆਵਾਜ਼ ਸੁਣੋ ਚੰਗੀ ਤਰ੍ਹਾਂ ਐਂ ਲੱਗਦਾ ਜਿਵੇਂ ਨਾ ਬਾਰੀਆਂ ਦੇ ਵਿੱਚ ਕੋਈ ਚੀਜ਼ ਭਰ ਦਿੱਤੀ ਹੁੰਦੀ ਆ ਬਾਰੀਆਂ ਇੰਨੀਆਂ ਜ਼ਿਆਦੀਆਂ ਹੈਵੀ ਹੋ ਗਈਆਂ ਦੇਖੋ ਬਹੁਤ ਹੀ ਸਾਊਂਡ ਪਰੂਫ ਗੱਡੀ ਹੋ ਗਈ ਪੂਰੀ ਆਪਣੀ ਪੂਰੀ ਪੂਰੀ ਜਿਹੜੀ ਗੱਡੀ ਆ ਪੂਰੀ ਪੂਰੀ ਡੈਂਪਿੰਗ ਹੋਈ ਆ ਛੱਤ ਅਤੇ ਥੱਲੇ ਇਹਨੂੰ ਫਰਸ਼ ਅਤੇ ਵਿੱਚ ਆਪਾਂ ਲਵਾਇਆ ਵਾ ਐਂਡਰੋਇਡ ਵਿਦ ਐਪਲ ਕਾਰਪਲੇ ਇਹ ਮੈਂ ਪਹਿਲਾਂ ਵੀ ਦੱਸਿਆ ਇੱਕ ਵਾਰ ਹੁਣ ਫਿਰ ਇੱਕ ਵਾਰ ਦੱਸਦਾ ਵੀ ਇਹ ਵਾਲਾ ਜਿਹੜਾ ਐਂਡਰੋਇਡ ਆ ਨੋਰਮਲ ਐਂਡਰੋਇਡ ਨਹੀਂ ਆ ਇਹ ਐਪਲ ਕਾਰਪਲੇ ਵਾਲਾ ਵਾ ਉਹ ਜੇ ਵਲੋਗ ਕਰਕੇ ਕਾਰਪਲੇ ਚੱਲਣਾ ਨਹੀਂ ਇਹ ਬੰਦ ਆ ਅਤੇ ਇਹਦੀ ਕੋਸਟ ਵੈਸੇ ਜਿਹੜੇ ਨੋਰਮਲ ਐਂਡਰੋਇਡ ਆਉਂਦੇ ਆ ਉਹ ਆ ਜਾਂਦਾ ਕੋਈ 7,000 ਦਾ ਕੋਈ 8,000 ਦਾ ਕੋਈ ਇਹ ਤੋਂ ਸਸਤੇ ਵੀ ਆ ਜਾਂਦੇ ਆ ਅਤੇ ਇਹਦੀ ਆਪਾਂ ਨੂੰ ਇਹ ਆਪਾਂ ਨੂੰ ਪਿਆ ਵਾ ਪੂਰੇ 11,500 ਦਾ ਇਹਦੇ ਵਿੱਚ ਕੋਈ ਲੈਸ ਨਹੀਂ ਕੀਤੀ ਉਹਨਾਂ 11,500 ਦਾ ਪੂਰਾ ਆਪਾਂ ਨੂੰ ਐਂਡਰੋਇਡ ਪਿਆ ਵੀ ਦ ਐਪਲ ਕਾਰਪਲੇ ਐਂਡਰੋਇਡ ਜਿਹੜਾ ਐਂਡਰੋਇਡ ਆਟੋ ਕੀ ਕਹਿੰਦੇ ਉਹ ਚੀਜ਼ ਚੱਲਦੀ ਸਾਰਾ ਕੁਝ ਚੱਲਦਾ ਇਹ 'ਚ ਬਾਕੀ ਨੈਟਫਲਿਕਸ ਵਗੈਰਾ ਅਤੇ ਨੋਰਮਲ ਐਂਡਰੋਇਡ 'ਚ ਹੁੰਦਾ ਅਤੇ ਇਹਦੇ ਵਿੱਚ ਜਿਹੜਾ ਮੇਨ ਆ ਉਹ ਜ਼ਿਆਦਾ ਵੱਖਰਾ ਵਾ ਉਹ ਆ ਐਪਲ ਕਾਰਪਲੇ ਅਤੇ ਐਂਡਰੋਇਡ ਆਟੋ ਜੋ ਵੀ ਹੁੰਦਾ ਵਾ ਇੱਕ ਆਪਾਂ ਆਹ ਚੀਜ਼ ਚੇਂਜ ਕਰਵਾਈ ਇਹਦੇ ਵਿੱਚ ਦੇਖੋ ਗੇਅਰ ਲੀਵਰ ਇਹ ਪੂਰੇ ਦਾ ਪੂਰਾ ਆਪਾਂ ਚੇਂਜ ਕਰਵਾਇਆ ਵਾ ਇਹਦੀ ਕੀਮਤ ਇਹ ਸਸਤਾ ਜ਼ਿਆਦਾ ਨਹੀਂ ਕੋਈ 1,000 ਰੁਪਏ ਦਾ ਇੰਨਾ ਜ਼ਿਆਦਾ ਮਹਿੰਗਾ ਨਹੀਂ ਆ ਅਤੇ ਭਾਅ ਜੀ ਹੁਣੀ ਆਪਾਂ ਰਖਾਏ ਆ ਇਹ ਆਪਾਂ ਨੂੰ ਮਾਨ ਆਰਟਸ ਵੱਲੋਂ ਗਿਫਟ ਮਿਲਿਆ ਵਾ ਮਾਨ ਆਰਟਸ ਨੂੰ ਵਲੋਗ ਦੇ ਥੈਂਕ ਯੂ ਭਾਅ ਤੇਰਾ ਬਹੁਤ ਬਹੁਤ ਆਪਾਂ ਨੂੰ ਆਹ ਗਿਫਟ ਦੇਣ ਲਈ ਅਤੇ ਦੂਜਾ ਆਪਾਂ ਇਹਦੇ ਪੂਰੇ ਜਿਹੜੇ ਕੰਪੋਨੈਂਟ ਆ ਇਹਦੇ ਵਿੱਚ ਉਹ ਸਾਰੇ ਆਪਾਂ ਚੇਂਜ ਕਰਵਾਇਆ ਤੁਹਾਨੂੰ ਮੈਂ ਆਡੀਓ ਲਾ ਕੇ ਅਤੇ ਇਹਦੀ ਕੁਆਲਿਟੀ ਚੈੱਕ ਕਰਵਾ ਦਿੰਦਾ ਵਾਂ ਵੀ ਜਿਹੜੇ ਆਪਾਂ ਕੰਪੋਨੈਂਟ ਅਤੇ ਪਿੱਛੇ ਆਪਾਂ ਬੇਸ ਵੀ ਲਵਾਈ ਇਹਦੇ ਵਿੱਚ ਤੁਹਾਨੂੰ ਵੀ ਦਿਖਾਉਣਾ ਮੈਂ ਕਿਹੜੀ ਲਵਾਈ ਆਪਾਂ ਅਤੇ ਆਵਾਜ਼ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਕਲੀਅਰਲੀ ਅਤੇ ਘੈਂਟ ਆਵਾਜ਼ ਅਤੇ ਬੇਸ ਬੂਸ ਤੁਹਾਨੂੰ ਪਤਾ ਜੇ ਨਾ ਲੱਗੀ ਹੋਵੇ ਪੂਰਾ ਗੱਲਬਾਤ ਬਣਦੀ ਗੱਡੀ ਪੂਰੀ ਆਪਣੀ ਡੈਂਪ ਹੋਈ ਆ ਸਾਊਂਡ ਦੀ ਕੁਆਲਿਟੀ ਤਾਂ ਬਹੁਤ ਜ਼ਿਆਦਾ ਅੰਦਰ ਤਾਂ ਬਹੁਤ ਘੈਂਟ ਹੁੰਦੀ ਬਾਹਰ ਦਾ ਚਲੋ ਆਪਾਂ ਨੂੰ ਆਪਾਂ ਅੰਦਰ ਹੀ ਸੁਣਨਾ ਆਪਾਂ ਕਿਹੜਾ ਲੋਕਾਂ ਨੂੰ ਸੁਣਾਉਣਾ ਗਾਣੇ ਲਾ ਕੇ ਅਤੇ ਤੁਹਾਨੂੰ ਆਪਾਂ ਗਾਣੇ ਲਾ ਕੇ ਅਤੇ ਪਲੇ ਕਰਕੇ ਦਿਖਾਉਂਦੇ ਹਾਂ ਵੀ ਇਹਦੀ ਕੁਆਲਿਟੀ ਕਿੱਦਾਂ ਦੀ ਆ ਐਂਡਰੋਇਡ ਦੀ ਬੇਸ ਦੀ ਅਤੇ ਡੈਂਪਿੰਗ ਨਾਲ ਕਾਰ 'ਚ ਕਿੰਨਾ ਫਰਕ ਪੈਂਦਾ ਵਾ ਸ਼ਾਇਦ ਤੁਹਾਨੂੰ ਇੱਦਾਂ ਦੇ ਪਤਾ ਨਹੀਂ ਲੱਗਣਾ ਬਾਕੀ ਇੱਥੇ ਅੰਦਰ ਗੱਡੀ ਦੇ ਵਿੱਚ ਬਹਿ ਕੇ ਪਤਾ ਵੀ ਹਾਂ ਡੈਂਪਿੰਗ ਨਾਲ ਕਿੰਨਾ ਫਰਕ ਪੈਂਦਾ ਵਾ ਇਹ ਚੀਜ਼ ਦਾ ਖਾਸ ਕਰਕੇ 2 ਮਿੰਟ ਦੋ ਤੁਹਾਨੂੰ ਅਸੀਂ ਗਾਣਾ ਲਾਗੇ ਅਤੇ ਇੱਦਾਂ ਸੋ ਸਾਊਂਡ ਦੀ ਕੁਆਲਿਟੀ ਤੁਸੀਂ ਦੇਖ ਲਈ ਬਹੁਤ ਹੀ ਜ਼ਿਆਦਾ ਘੈਂਟ ਆ ਪ੍ਰੋਪਰ ਗੱਡੀ 'ਚ ਬਹਿ ਕੇ ਬਹੁਤ ਵਧੀਆ ਫੀਲ ਹੁੰਦਾ ਵੀ ਸਾਊਂਡ ਦੀ ਕੁਆਲਿਟੀ ਦਾ ਅਤੇ ਬੇਸ ਆਪਾਂ ਨੂੰ ਪਈ ਇਹਦੀ 3,000 ਦੀ ਬੇਸ ਲਾਈ ਉਹਨੇ ਆਪਾਂ ਨੂੰ ਪਤਾ ਨਹੀਂ ਕੰਪਨੀ ਕਿਹੜੀ ਮੈਨੂੰ ਨਹੀਂ ਨਜ਼ਾਰ ਅਤੇ ਸਾਰਾ ਬਕਸਾ ਬੁਕਸਾ ਐਂਪ ਉਂਪ ਲਾ ਕੇ ਟੋਟਲ ਆਪਣਾ 7,000 ਰੁਪਏ ਲੱਗਾ ਬੇਸ ਐਂਪ ਸਾਰਾ ਕੁਝ ਫਿਟਿੰਗ ਤੋਂ ਵਾਇਰਿੰਗ ਵੂਰਿੰਗ ਤੁਹਾਨੂੰ ਪਤਾ ਸਾਰੀ ਪੈਂਦੀ ਸਾਰਾ ਕੁਝ ਕਰਕੇ ਅਤੇ ਹੋਰ ਕੋਈ ਚੀਜ਼ ਰਹਿ ਗਈ ਹੋਵੇ ਤਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਮੋਡੀਫਿਕੇਸ਼ਨ ਹੋਰ ਕੀ ਕਰਵਾਇਆ ਆਹ ਵਾਲੀ ਬੇਸ ਜੇ ਕੰਪਨੀ ਦਾ ਨਾਮ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਬਾਕੀ ਆਹ ਜੇ ਲੱਗਿਆ ਸਿਸਟਮ ਉਹ ਵਾਲਾ ਐਂਪ ਲਵਾਇਆ ਆਪੇ 'ਚ ਆਪਾਂ ਐਸ ਬੀ ਦਾ ਅਤੇ 1,300 ਵਾਟ ਦੀ ਬੇਸ ਅਤੇ ਆਹ ਪੇਟੀ ਜੀ ਸੋਲ ਵੁੱਡ ਦੀ ਬਸ ਇਹੀ ਕੁਛ ਜੇ ਅਤੇ ਉਸਤਾਦ ਦੀ ਫੋਟੋ ਆਪਾਂ ਜਾਲੀ ਵਾਲੀ ਬਣਾਈ ਜਿਹਦੇ ਨਾਲ ਆਰ ਪਾਰ ਦੇਖਦਾ ਤੁਹਾਨੂੰ ਦੇਖੀ ਰਹਿਣਾ ਵਿੱਚ ਆ ਵੇਖੋ ਜਿਹੜੀ ਪਹਿਲਾਂ ਫੋਟੋ ਆਪਾਂ ਲਵਾਈ ਸੀ ਉਹ ਬਿਲਕੁਲ ਬਲੈਕ ਫਿਲਮ ਜੀ ਲੱਗਦੀ ਸੀ ਇਹਦੇ ਨਾਲ ਉਹਦੇ ਨਾਲ ਆਰ ਪਾਰ ਦੇਦੇ ਇਹਦੇ ਨਾਲ ਵੀ ਆਰ ਪਾਰ ਦੇਦਾ ਜਾਲੀ ਵਾਲੀ ਫੋਟੋ ਹੈ ਬਾਕੀ ਬਾਰੀਆਂ 'ਤੇ ਆਪਾਂ ਟੀ ਆਰ ਡੀ ਦੇ ਆਹ ਲਵਾਏ ਆ ਆਹ ਵਾਲੇ ਇਹ ਸੋਹਣੇ ਲੱਗੇ ਰੈੱਡ ਕਲਰ 'ਚ ਮੈਂ ਲੱਭਦਾ ਹਾਂ ਪਰ ਰੈੱਡ ਕਲਰ 'ਚ ਮੈਨੂੰ ਇਹ ਨਹੀਂ ਲੱਭੇ ਇਹ ਸਸਤੇ ਹੀ ਇਹ ਕੋਈ ਏਡਾ ਜ਼ਿਆਦਾ ਮਹਿੰਗੇ 250 ਰੁਪਏ ਦੇ ਆਮ ਜਿਹੜੀ ਮਰਜ਼ੀ ਸ਼ੋਪ ਤੋਂ ਮਿਲ ਜਾਂਦੇ ਆ ਬਾਕੀ ਸਾਰਾ ਕੁਛ ਮੈਂ ਦੱਸ ਦਿੱਤਾ ਲਗਭਗ ਅਤੇ ਪੂਰੀ ਜਿਹੜੀ ਮੋਡੀਫਿਕੇਸ਼ਨ ਆਪਣੀ ਟੋਟਲ ਆ ਉਹ ਅਰਾਊਂਡ ਮੈਨੂੰ 2 ਲੱਖ ਤੋਂ ਪਲੱਸ ਪੈ ਗਈ ਸਾਰੀ ਟੋਟਲ ਕੋਸਟ ਜਿਹੜੀ ਵੀਲਾਂ ਦਾ ਪਾ ਕੇ ਲਾਈਟ ਮੇਨ ਜਿਹੜਾ ਜ਼ਿਆਦਾ ਮੋਟਾ ਖਰਚਾ ਸੀ ਉਹ ਹੈਗਾ ਸੀ ਵੀਲਾਂ ਦਾ ਅਤੇ ਲਾਈਟਾਂ ਦਾ ਬਾਕੀ ਜਿਹੜੇ ਖਰਚੇ ਆ ਉਹ ਨਿੱਕੇ ਮੋਟੇ ਨੋਰਮਲ ਹੀ ਸੀ ਉਹਨਾਂ ਦਾ ਜ਼ਿਆਦਾ ਕੋਈ ਖਰਚਾ ਨਹੀਂ ਆਇਆ ਅਤੇ ਮੈਨੂੰ ਇੱਕ ਚੀਜ਼ ਦਾ ਜ਼ਰੂਰ ਦੱਸ ਨੀਚੇ ਕਮੈਂਟ ਕਰਕੇ ਦੱਸੋ ਸਾਰੇ ਮੇਰੇ ਵੀ ਜਿੰਨੇ ਵੀ ਵਲੋਗ ਵੇਖਣਗੇ ਵੀ ਆਪਾਂ ਜਿਹੜੀ ਅੱਗੇ ਇਹਦੀ ਗਰਿੱਲ ਆ ਉਹ ਆਡੀ ਵਾਲੀ ਚੇਂਜ ਕਰਵਾ ਦਈਏ ਜਾਂ ਨਾ ਕਰਵਾ ਦਈਏ ਮੇਰੀ ਪ੍ਰੈਫਰੈਂਸ ਦੇ ਵੀ ਮੈਨੂੰ ਤਾਂ ਆਹੋ ਜਿਹੜੀ ਲੋਕਾਂ ਨੇ ਇਹਦੀ ਮੇਨ ਜਿਹੜੀ ਓਰੀਜਨਲ ਗੱਡੀ ਦੀ ਆਉਂਦੀ ਹੈ ਮੈਨੂੰ ਤਾਂ ਇਹੀ ਸੋਹਣੀ ਲੱਗਦੀ ਆ ਬਾਕੀ ਜੇ ਆਪਣੇ ਮਨ ਬਣਿਆ ਤਾਂ ਆਪਾਂ ਉਹ ਵੀ ਚੇਂਜ ਕਰਵਾ ਦਾਂਗੇ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂ ਆ ਉਹਦਾ ਖਰਚਾ ਵੀ ਜ਼ਿਆਦਾ ਨਹੀਂ 25,000 ਦੀ ਗਰਿੱਲ ਵੀ ਅਤੇ ਬੰਪਰ ਸਾਰਾ ਚੇਂਜ ਸਾਰਾ ਕਰਕੇ ਸਾਰਾ ਖਰਚਾ ਇੰਨਾ ਹੁੰਦਾ ਅਤੇ ਲਾਈਟਾਂ ਦਾ ਥਰੋ ਤੁਹਾਨੂੰ ਮੈਂ ਰਾਤ ਨੂੰ ਦਿਖਾਊਂਗਾ ਵੀ ਇਹਦਾ ਜਿਹੜਾ ਚਾਨਣ ਆ ਕਿੰਨਾ ਜ਼ਿਆਦਾ ਕਿੰਨੀ ਤੇਜ਼ ਲਾਈਟ ਆ ਅਰੇ ਸਿਰਫ 100-100 ਵਾਟ ਦੀ 'ਚ ਮੈਂ LED ਪਵਾਈ ਹੈ ਤੋਂ ਇਹ ਤੋਂ ਵੱਡੀਆਂ LED ਵੀ ਹੈਗੀਆਂ 120-150-180 ਪਾਵਰ ਦੀਆਂ ਵੀ ਹੈਗੀਆਂ ਵਾ ਪਰ ਆਪਾਂ ਨੋਰਮਲੀ ਪਵਾਈ ਹੋ ਕਿ ਜ਼ਿਆਦਾ ਬਾਅਦ 'ਚ ਜਦੋਂ ਰਾਤ ਆਪਾਂ ਗੱਡੀ ਡਰਾਈਵ ਕਰਦੇ ਨਾ ਲੋਕਾਂ ਦੀ ਅੱਖਾਂ 'ਚ ਵੱਜਦੀ ਫਿਰ ਉਹ ਲੋਕ ਗਾਲਾਂ ਵੀ ਕੱਢਦੇ ਤੁਹਾਨੂੰ ਪਤਾ ਚਾਹੀਦੀਆਂ ਬਾਕੀ ਇਹਨਾਂ ਤੁਹਾਨੂੰ ਇੱਕ ਲੁੱਕ ਦਿੰਦੇ ਜਦੋਂ ਗੱਡੀ ਚੱਲਦੀ ਆ ਅਤੇ ਕਿਵੇਂ ਦੀ ਲੱਗਦੀ ਆ ਉਹ ਵੀ ਲੁੱਕ ਵੇਖੋ ਦੱਸਿਓ ਮੈਨੂੰ ਲੋਕ ਮੁੜ ਮੁੜ ਦੇਖਦੇ ਗੱਡੀ ਨੂੰ ਲੈ
ਇਹ ਗੱਡੀ ਲੁੱਕ ਹੀ ਬਹੁਤ ਵਧੀਆ ਹੋ ਗਈ ਹੈ। ਇੱਕ ਚੀਜ਼ ਤਾਂ ਰਹਿ ਗਈ ਮੇਨ ਦੱਸਣ ਵਾਲੀ, ਜਿਹੜੇ ਥੱਲੇ ਆਪਾਂ ਫਲਿੱਕਰ ਲਵਾਏ ਆਹ ਵਾਲੇ, ਹੁਣ ਤਾਂ ਚਲੋ ਦਿਖਣੇ ਨਹੀਂ, ਤਾਂ ਰਾਤ ਨੂੰ ਦਿਖਾਊਂਗਾ ਮੈਂ। ਫਲਿੱਕਰ ਰਹਿ ਗਏ ਆ, ਲਾ ਦੇ ਗੱਡੀ ਸਾਈਡ 'ਤੇ ਇਹਦਾ, ਆਹ ਫਲਿੱਕਰ ਲਵਾਏ ਨੀਚੇ ਆਪਾਂ। ਹੁਣ ਤਾਂ ਚਲੋ ਖਾਸ ਦਿਖਦੇ ਨੇ, ਮੈਂ ਰਾਤ ਨੂੰ ਇੱਕ ਲਾਸਟ ਦੇ ਵਲੋਗ ਦੀ ਕਲਿੱਪ ਪਾ ਦੂੰਗਾ, ਇੱਕ ਫਲਿੱਕਰਾਂ ਦੀ, ਇੱਕ ਇਹਦੀ ਫਰੰਟ ਦੀ ਜਿਹੜੀ ਹੈਡਲਾਈਟ ਦਾ ਵੀ ਥਰੋ ਕਿੰਨਾ ਦਾ, ਕਿੰਨੀ ਕੁ ਲਾਈਟ ਤੇਜ਼ ਆ ਉਹ, ਅਤੇ ਸਾਰੀ ਗੱਡੀ ਦੀ ਇੱਕ ਮੈਂ ਰਾਤ ਨੂੰ ਪੂਰੀ ਲੁੱਕ ਦੀ ਵੀਡੀਓ ਅਪਲੋਡ ਕਰ ਦੂੰਗਾ, ਉਹ ਮਤਲਬ ਕਲਿੱਪ ਇੱਕ ਲਾਸਟ 'ਤੇ ਪਾ ਦੂੰਗਾ। ਅਤੇ ਇਹ ਫਲਿੱਕਰਾਂ ਦਾ ਪ੍ਰਾਈਜ਼ ਹੈਗਾ ਜੀ 5000 ਰੁਪਏ, 5000 ਰੁਪਏ ਦੇ ਫਲਿੱਕਰ ਲਾਦੇ, ਪੂਰੀ ਥੱਲੇ ਲੰਬੀ ਲਾਈਨ ਲੱਗੀ ਹੈ, ਤੁਹਾਨੂੰ ਦਿਖਾ ਹੀ ਦਿੰਦਾ। ਆਹ ਦੇਖੋ ਇੱਦਾਂ ਇੱਦਾਂ ਲੱਗੇ ਨੀਚੇ, ਆਹ ਦੇਖੋ ਇਹ ਕੋਈ ਇੱਕ ਦੋ ਬਲਬ ਨਹੀਂ, ਪੂਰੀ ਲੰਬੀ ਲੜੀ ਲੱਗੀ ਬਲਬਾਂ ਦੀ, ਅਤੇ ਜਿਹਦਾ ਕਿ ਨਸ਼ਾ ਨਾਪਾ ਕੀਤਾ ਵਾ DRL ਦੇ ਨਾਲ। ਅਤੇ ਬਸ ਆਇਓ ਹੋਇਓ ਤੁਹਾਡੀ ਕਮੀ ਸੀ, ਇੱਧਰ ਫਲਿੱਕਰ ਚੱਲਣ ਡਿਆ ਜੀ, ਇਹ ਪਰ ਜ਼ਿਆਦਾ ਮਹਿੰਗੇ ਫਲਿੱਕਰ, ਮੁੰਡਾ ਆਇਆ ਝੂਰ ਸਾਹਿਬ ਗੋਡੀ ਗੱਡੀ ਹੱਥ ਲਾਓ, ਅਤੇ ਜੇ ਕੋਈ ਚੀਜ਼ ਰਹਿ ਗਈ ਹੋਵੇ ਤਾਂ ਨੀਚੇ ਕਮੈਂਟ ਕਰ ਦਿਓ, ਔਰ ਤੁਹਾਨੂੰ ਦੱਸ ਦਾਂਗੇ ਉਹਦੀ ਵੀ। ਅਤੇ ਹੁਣ ਬੰਦੇ ਸਾਡੇ ਸਾਰੇ ਕੰਪਲੀਟ ਹੋ ਗਏ ਆ, ਅਤੇ ਕਰਦੇ ਵਲੋਗ ਨੂੰ ਇੱਥੇ ਹੀ ਖਤਮ, ਅਤੇ ਜਲਦੀ ਮਿਲਦੇ ਗਏ ਨਵੇਂ ਵਲੋਗ ਦੇ ਵਿੱਚ, ਟਿਲ ਦੈਨ ਬਾਏ ਬਾਏ। ਆਹ ਫਲਿੱਕਰ ਲਵਾਇਆ ਆਪਾਂ, ਹੁਣ ਰਾਤ ਆ ਨਾ ਪੂਰੀ ਹਨੇਰਾ ਵੇਖੋ ਕਿੰਨਾ, ਹੁਣ ਬਾਹਰ ਲਾ ਦਿਓ ਫਰੰਟ ਤੋਂ ਇੱਦਾਂ ਦੋਨੋਂ ਸਾਈਡਾਂ, ਅਤੇ ਬੈਕ ਸਾਈਡ ਇੱਦਾਂ ਦੀ, ਅਤੇ ਲਾਈਟਾਂ ਤਾਂ ਅੰਦਰੋਂ ਦਿਖਾਉਣਾ ਮੈਂ ਜੋ। ਆਹ ਹੈਗਾ ਲੋ ਬੀਮ, ਆਹ ਹੈਗਾ ਹਾਈ ਬੀਮ, ਚੈੱਕ ਕਰੋ। ਇਹ ਸਿਰਫ 100 ਵਾਟ ਦੀ ਟਿਊਬ ਆ, 120 ਵਾਟ ਦੀ ਹੋਰ ਵੀ ਤੇਜ਼ ਆ।